हलका फलौर दे कस्बा दुसांझ कलां विखे छप्पड़ दी खुदाई दे कम दा मैंबर पार्लीमेंट चौधरी संतोख सिंह अते हलका इंचार्ज बिक्रमजीत चौधरी वालों कुछ क विरोध अते कुछ क स्वागत खट्टे मिठे प्रभाव हेठ नींह पत्थर रख्या गया। दुसांझ कलां दी ग्राम पंचायत वालों पिंड विच छप्पड़ दी सफाई करके प्लांट लगाया जा रहा है। अज इस प्रोजेक्ट का चौधरी संतोख सिंह अते बिक्रमजीत ने इस काम का नींह पत्थर रखण वास्ते आना सी। जदों ही इस बारे पिंड वासियां नूं पता लग्या तां पिंड दे कुछ लोगों वालों विरोध शुरू हो गया। विरोध करन वाले पंच निर्मल कुमार, पंच रामनाथ, पंच मनीराम, पंच सुरिंदर कौर, पंच हरजीत कौर अते साथियों का कहना सी कि पिंड दे छप्पड़ दे प्रोजेक्ट ते NRI सज्जना का लखा रुपया खर्चा जा रहा, इस वास्ते सरकार ने कुछ भी नहीं दिता, तां फिर NRI सज्जना नूं नींह पत्थर रखना चाहीदा है, ना कि किसी राजनीतिक शख्सियत वालों। सर जी, अज जिहड़ा पिंड दे विच काफ़ी रौला रप्पा पिया, असल च की मामला जी? इह मामला जी बड़ा सीधा साधा आ कि साढ़े NRI सारा ही साढ़े भरावां दा पैसा लगा आ। हुण बिक्रम चौधरी आ दो वारी तां हरिया आ, इन्हों ग्रांटा पहला सानू दो दे चुके, सानू एक फुटी कोटी नहीं हज तक दिती, वो साढ़े NRI भरावां ने पैसा लाया 10-11 लाख रुपया। हुण उद्घाटन टाइम इन्हों सदन डाया, साडा यही रोस है, जब सानू पैसा ही नहीं कोई दिता, असी क्यों उद्घाटन कर लईए? इन्हां ने कुछ नहीं दिता जी, नहीं एक पंजीन दिती, साढ़े NRI भरावां सारा पैसा लगा वा। MP ਜਿਹੜੇ NRI ਸੱਜਣ ਨੇ ਉਹ ਵੀ ਨਾਰਾਜ਼ਗੀ ਜ਼ਾਹਰ ਕਰਦੇ ਨੇ। ਬਿਲਕੁਲ ਬਿਲਕੁਲ ਨਾਰਾਜ਼ਗੀ ਆ, ਬੈਠੇ ਨਾਰਾਜ਼ਗੀ। ਰਾਹ ਕੱਲ੍ਹ ਦਾ ਅਸੀਂ ਮੈਸੇਜ ਸਾਰਿਆਂ ਨੂੰ ਦਿੱਤਾ ਆ। ਉਹਨਾਂ ਦਾ ਕੀ ਕਹਿਣਾ ਜੀ? ਉਹਨਾਂ ਦਾ ਕਹਿਣਾ ਇਹੀ ਆ ਬਈ, ਸਾਡੇ ਕੋਈ ਜਾਂ ਤਾਂ ਕੋਈ NRI ਕੋਲ ਕਰਾਵੇ ਉਦਘਾਟਨ, ਇਹ ਤਾਂ ਕੀਤਾ ਜਾਵੇ, ਅਤੇ ਜਦ ਪੈਸਾ ਹੀ ਨਹੀਂ ਕੋਈ ਦਿੱਤਾ, ਫਿਰ ਤੁਸੀਂ ਆਪ ਹੀ ਦੱਸੋ ਬਈ ਉਹ ਹੱਕ ਹੈਗਾ ਤਾਂ ਸਾਨੂੰ ਪੈ। ਅੱਗੇ ਦੋ ਗਰੰਟਾਂ ਸਾਡੀਆਂ ਨਹੀਂ ਦਿੱਤੀਆਂ, ਇੱਕ 5 ਲੱਖ ਦੀ, 8 ਲੱਖ ਦੀ। ਅੱਜ ਤੁਸੀਂ ਮੱਥੇ ਤੇ ਪੱਟੀ ਵੀ ਬੰਨੀ ਆ, ਤੁਹਾਡੇ ਹੱਥ ਰੋਸ ਮਾਰਜ ਕਰ ਰਹੇ ਆ ਜੀ। ਇਹ ਦਾ ਕੀ ਮਤਲਬ ਜੀ? ਇਹ ਰੋਸ ਮਾਰਜ ਕਰ ਰਿਹਾ ਵੀ ਅਸੀਂ ਇਹ ਹੋਣ ਨਹੀਂ ਦੇਣਾ। ਹਾਂਜੀ, ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗਿਆ ਤਾਂ ਪ੍ਰਸ਼ਾਸਨ ਦੇ ਹੱਥਾਂ ਪੈਰਾਂ ਦੀ ਪੈ ਗਈ। SHO ਗੁਰਾਇਆ ਕੇਵਲ ਸਿੰਘ ਭਾਰੀ ਪੁਲਿਸ ਪਾਰਟੀ ਸਮੇਤ ਪੁੱਜੇ ਅਤੇ ਲੋਕਾਂ ਨੂੰ ਸਮਝਾ ਬੁਝਾ ਕੇ ਠੰਡਾ ਕੀਤਾ। ਇਸ ਮੌਕੇ ਚੌਧਰੀ ਸੰਤੋਖ ਸਿੰਘ ਅਤੇ ਬਿਕਰਮ ਚੌਧਰੀ ਕਾਂਗਰਸੀ ਲੀਡਰਾਂ ਸਮੇਤ ਪੁੱਜੇ, ਜਿੱਥੇ ਪਿੰਡ ਵਾਸੀਆਂ ਵੱਲੋਂ ਚੌਧਰੀ ਸੰਤੋਖ ਸਿੰਘ ਦੇ ਗਲ ਵਿੱਚ ਫੁੱਲਾਂ ਦੇ ਹਾਰ ਪਾ ਕੇ ਭਰਮਾ ਸਵਾਗਤ ਕੀਤਾ ਗਿਆ। ਇਸ ਮੌਕੇ ਚੌਧਰੀ ਸੰਤੋਖ ਸਿੰਘ ਅਤੇ ਬਿਕਰਮ ਚੌਧਰੀ ਨੇ ਕਿਹਾ ਕਿ ਹੁਣ ਤੱਕ ਇਸ ਪ੍ਰੋਜੈਕਟ ਵਾਸਤੇ ਲੱਖਾਂ ਰੁਪਏ ਦਿੱਤੇ ਗਏ ਹਨ ਅਤੇ ਹੋਰ ਵੀ ਦਿੱਤੇ ਜਾਣਗੇ। ਅੱਜ ਦੁਸਾਂਝ ਕਲਾਂ ਪਿੰਡ ਵਿੱਚ ਹਲਕਾ ਫਲੌਰ ਦਾ ਬੜਾ ਸਮਾਰ ਪਿੰਡ ਹੈ, ਉਹਦੇ ਵਿੱਚ ਅੱਜ ਜਿਹੜਾ ਛੱਪੜ ਹੈ ਇੱਥੇ ਦਾ, ਉਸ ਨੂੰ ਥਾਪਰ ਮਾਡਲ ਦੇ ਵਿੱਚ ਨਵਾਂ ਬਿਲਡ ਕੀਤਾ, ਜਿਸ ਦੇ ਵਿੱਚ ਚੈਂਬਰ ਬਣਾ ਕੇ ਔਰ ਜਿਹੜਾ ਜਿੰਨਾ ਵੀ ਪਾਣੀ ਆਉਣਾ ਉਹ ਫਿਲਟਰ ਹੋ ਕੇ ਗਾਹ ਜਾਣਾ, ਔਰ ਇਸ ਵਾਸਤੇ ਪਹਿਲਾਂ 5.5 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਪਿੰਡ ਨੂੰ ਦਿੱਤੀ ਜਾ ਚੁੱਕੀ ਹੈ, ਖਰਚੇ 'ਤੇ ਹੋ ਗਈ ਹੈ ਸਰਕਾਰ ਦੀ, ਔਰ 6.5 ਲੱਖ ਰੁਪਈਆ ਹੋਰ ਜਿਹੜਾ ਮਨਰੇਗ ਉਹ ਸੈਂਕਸ਼ਨ ਹੋ ਗਿਆ। ਸੋ ਇਹ ਕੋਈ 12-12.5-13 ਲੱਖ ਰੁਪਏ ਇਸ ਛੱਪੜ ਵਾਸਤੇ ਸਰਕਾਰ ਦਾ ਜਿਹੜਾ ਪੈਸਾ ਦਿੱਤਿਆ ਹੈ, ਔਰ NRI ਵਰੀਰਾਂ ਦਾ ਵੀ ਧੰਨਵਾਦ ਹੈ, ਉਹਨਾਂ ਨੇ ਵੀ ਆਪਣਾ ਯੋਗਦਾਨ ਇਸ ਦੇ ਵਿੱਚ ਪਾਇਆ। ਅਸੀਂ ਇਹ ਸੋ ਪਿੰਡ ਦੀ ਪੰਚਾਇਤ, ਪਿੰਡ ਦੀਆਂ ਹੋਰ ਦੂਸਰੀਆਂ ਸੰਸਥਾਵਾਂ, NRI ਵੀ ਔਰ ਇਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਬਿਕਰਮ ਚੌਧਰੀ ਇਸ ਪਿੰਡ ਨੂੰ ਇਨ ਰੀਅਲ ਸੈਂਸ ਸਮਾਰਟ ਵਿਲੇਜ ਔਰ ਮਾਡਲ ਵਿਲੇਜ ਉਹ ਬਣਾਉਣ ਦਾ ਬਹੁਤ ਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ। ਜਿਸ ਤਰ੍ਹਾਂ ਮਾਨਯੋਗ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਜੀ ਨੇ ਬਹੁਤ ਵਿਸਤਾਰ ਵਿੱਚ ਅੱਜ ਦੱਸਿਆ ਕਿ ਆਪਾਂ ਪਿੰਡ ਸਾਂਝ ਕਲਾਂ ਵਿੱਚ ਥਾਪਰ ਮਾਡਲ ਦਾ ਜਿਹੜਾ ਛੱਪੜ ਹੈ, ਜਿਹਦੀ ਕਿ ਇੱਕ ਲੰਬੇ ਅਰਸੇ ਤੋਂ ਮੰਗ ਸੀ, ਉਸ ਦਾ ਅੱਜ ਮਾਨਯੋਗ ਮੈਂਬਰ ਪਾਰਲੀਮੈਂਟ ਚੌਧਰੀ ਸਾਹਿਬ ਕੋਲੋਂ ਨੀਂਹ ਪੱਥਰ ਰਖਾਇਆ ਹੈ। ਇਸ ਪ੍ਰੋਜੈਕਟ ਨੂੰ ਕਾਮਯਾਬ ਕਰਨ ਵਾਸਤੇ ਜਿੱਥੇ ਸਰਕਾਰ ਉੱਥੇ ਇਲਾਕੇ ਦੇ ਇਸ ਪਿੰਡ ਦੇ ਸਾਡੇ ਸਤਿਕਾਰਯੋਗ NRI ਵੀਰ ਔਰ ਸਾਰੇ ਉਹ ਦਾਨੀ ਸੱਜਣ ਜਿਨ੍ਹਾਂ ਨੇ ਇਸ ਨੂੰ ਮੁਕੰਮਲ ਕਰਨ ਵਿੱਚ ਆਪਣਾ ਯੋਗਦਾਨ ਪਾਇਆ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਜਿਸ ਤਰ੍ਹਾਂ MP ਸਾਹਿਬ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਕਾਮਯਾਬ ਕਰਨ ਵਾਸਤੇ ਤਕਰੀਬਨ 5.5 ਲੱਖ ਦੀ ਲਾਗਤ ਸਰਕਾਰ ਵੱਲੋਂ ਪੈਸੇ ਲਿਆ ਕੇ ਇੱਥੇ ਲੱਗ ਚੁੱਕੇ ਨੇ, 6.5 ਲੱਖ ਦੀ ਜਿਹੜੀ ਹੋਰ ਗ੍ਰਾਂਟ ਹੈ ਉਹ ਇੱਥੇ ਵਾਸਤੇ ਸੈਂਕਸ਼ਨ ਹੋ ਗਈ ਹੈ, 12.5 ਲੱਖ ਰੁਪਈਆ
स्मार्ट विलेज फेज टू दे विच इस प्रोजेक्ट वास्ते असी होर रखिया है। शाबाश। 8 लाख रुपए की लागत नाल असी इस पिंड नू पूरा कवर करके सोलर लाइटा लान जा रहे हैं। तकरीबन 13.5 लाख दा असी इत्थे पंचायत वालों मांग हुई सी इंटरलॉक टाइल वो दे रहे हैं। और क्योंकि साड़ी कांग्रेस की सरकार कैप्टन अमरिंदर सिंह जी की रहनवाई हेठ कांग्रेस की जिहड़ी पंजाब की सूबा सरकार है उसने इलैक्शन तो पहला ये प्रण किया कि जिहड़ियां मुढ़लियां जरूरत जिदा कि पिंड का छप्पड़ और पीण का जिहड़ा साफ पानी है वो साड़ी प्रायोरिटी होएगी। उहदे वास्ते भी मैं अज तुहानूं दसना चाहुंदा कि तकरीबन 15.5 लाख रुपए का असी एक आर ओ प्लांट इत्थे लाने जा रहे हैं जिस दे नाल पूरे पिंड दे विच साफ और स्वच्छ पानी दिता जाएगा जिहदे नाल इलाके दे पिंड दे रहण वाले जिन्ने भी साडे वसनीक ने उहनां नूं उस इहदी जिहड़ी गंदे पानी की जिहड़ी कंप्लेंट सी वह दुबारा नहीं आएगी। मैं एक बार फिर विश्वास दवाना कि पंजाब दे विच 2017 विच कांग्रेस सरकार बनी सी और कांग्रेस की सरकार पहले दिन तो ही चाहे सरकार जदों कांग्रेस पार्टी नू मिली कैप्टन साहब नू मिली सरकार की माली हालत बिल्कुल भी ठीक नहीं सी पर इन्हां सारियां गल्लां दे नाल लड़दे हुए कांग्रेस की कैप्टन साहब की सरकार ने जो अपने इलैक्शन तो पहला वादे लोगों नाल कीते है उसनू एक एक करके पूरा किया है। और सानू ये तुहानू दसण बहुत खुशी है बड़ा फख्र महसूस हो रहा है कि कल ही कैप्टन साहब ने और चौधरी साहब ने जलंधर विखे जिहड़ा एक असी बहुत बड़ा एक इतिहासिक फैसला तकरीबन 100 करोड़ की लागत नाल जिते खर्च होया जो असी कल जिहदा इनॉग्रेशन किया है असी पंजाब सूबे दे विच जिहड़े 12वीं क्लास के साडे बच्चे ने उन्हां नूं असी स्मार्टफोन देण जा रहे हैं। और जिस तरह चौधरी साहब ने पहला दस्या कि इस स्कीम राही तकरीबन 11,800 जिहड़े स्मार्टफोन ने वह जलंधर जिले विखे जलंधर दे सरकार विधानसभा पार्लीमेंट हल्के दे सरकारी स्कूलों के बच्चों दिते जाने हैं। और इस तो बाद जिहड़ा फेज टू होएगा उहदे च भी जिहड़े भी होर एलिजिबल बच्चे इस स्कीम हेठ आउणगे उहनां नूं भी असी सरकार वल्लों इस सुविधा देण जा रहे हैं। अज करोना महामारी करके जिद्दां डिजिटलाइजेशन होया है जिवें प्राइवेट स्कूल के बच्चे सरकारी स्कूल के बच्चे की जिहड़ी पढ़ाई है क्योंकि स्कूल नहीं जा सकते इस करके ऑनलाइन पढ़ाई हो रही है। मैं समझदा कि इस औखी घड़ी विच कैप्टन साहब की जिहड़ी साडी पंजाब की कांग्रेस सरकार है जिहड़ी आ स्मार्टफोन देने का उपराला उन्होंने किया है ये बच्चों उन्होंने पढ़ाई विच अगे होर बेहतर पढ़ने वास्ते बहुत ही हैल्पफुल होएगा। और मैं समझदा है कि एक इतिहासिक फैसला साडी सरकार ने किया असी सारे इलाके सारे इलाके के हर स्कूल के साडे मोहतबर साथी साडे पंचायत मैंबर साडे सरपंच साडे जिला परिषद मैंबर ब्लाक समिति मैंबर साडे जिहड़े नगर काउंसिल के प्रधान काउंसलर ये सारे जाके एक एक करके ये जिहड़े स्कूलों के बच्चों ये टैलीफोन वंडणगे। और मैं इन्ना ही कहिंदा होया एक बार फिर सारी समुची पंचायत का सरपंच साहब का सारे ही इलाके के मोहतबर साथियों का धन्यवाद करदा जिन्होंने अज इस मौके पर चौधरी संतोख सिंह जी मैंबर पार्लीमेंट नूं इत्थे बुला के ये शुभ कार्य शुरू कराया बहुत बहुत धन्यवाद। इस मौके पिंड दे सरपंच मक्खण सिंह दुसांझ ने दस्या कि इस प्रोजेक्ट ते सरकार अते NRI सज्जना दे सहयोग नाल खर्च किया जा रहा है। अज असी पिंड दुसांझ कलां वाले बहुत ही माण महसूस करते हैं कि साडे पिंड विच चौधरी संतोख सिंह पार्लीमेंट मैंबर जलंधर ते हलका इंचार्ज श्री बिक्रमजीत सिंह जी साडे पिंड आ के जिहड़ा अपने छप्पड़ का प्रोजेक्ट सेगा
ਇਹਦੇ ਅੱਜ ਨੀਂਹ ਪੱਥਰ ਰੱਖਿਆ ਹੈਗਾ, ਥਾਪਰ ਮਾਡਲ ਦਾ ਨੀਂਹ ਪੱਥਰ ਰੱਖਿਆ ਹੈਗਾ। ਇਸ ਪ੍ਰੋਜੈਕਟ ਨੂੰ ਨੇਪਰੇ ਚਾਹਣੇ ਲਈ ਜਿੱਥੇ ਸਰਕਾਰ ਵੱਲੋਂ ਗ੍ਰਾਂਟ ਦਿੱਤੀ ਜਾ ਰਹੀ ਆ, ਉੱਥੇ ਮੈਂ ਪਿੰਡ ਵਾਸੀਆਂ ਅਤੇ NRI ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਵੀ ਕਾਫੀ ਗੱਫਾ ਦੇ ਕੇ ਪਿੰਡ ਲਈ ਮਤਲਬ ਜਿਹੜੇ ਆ ਇਸ ਪ੍ਰੋਜੈਕਟ ਨੂੰ ਨੇਪਰੇ। ਸਰਪੰਚ ਸਾਹਿਬ, ਕਮਿਊਨੀਕੇਸ਼ਨ ਦਾ ਗੈਪ ਕਿੱਥੇ ਰਹਿ ਗਿਆ? ਲੋਕਾਂ ਨੂੰ ਤੁਸੀਂ ਕਿਉਂ ਨਹੀਂ ਦੱਸ ਸਕੇ ਵੀ ਪੈਸੇ ਇੰਨੇ ਲੱਗ ਚੁੱਕੇ ਨੇ? ਲੋਕ ਅੱਜ ਵਿਰੋਧ 'ਚ ਖੜ ਗਏ ਸੀ। ਨਹੀਂ, ਕੋਈ ਏਡਾ ਵਿਰੋਧ ਨਹੀਂ ਸੀਗਾ, ਲੋਕ ਕਾਲੇ ਝੰਡੇ ਲੈ ਕੇ ਖੜੇ ਸੀਗੇ, ਕਿਉਂ ਵਿਰੋਧ ਨਹੀਂ ਸੀਗਾ? ਨਹੀਂ, ਮਤਲਬ ਇਸ ਤਰ੍ਹਾਂ ਨਾ ਵੀ ਕੁਛ, ਚਲੋ ਰੱਖ ਲਾ, ਕੋਈ ਮਾੜੀਆਂ ਮੋਟੀਆਂ ਕਮੀਆਂ ਪੇਸ਼ੀਆਂ ਹੋ ਹੀ ਜਾਂਦੀਆਂ ਹੈਗੀਆਂ ਆ, ਅਤੇ ਕੋਈ ਏਡੀ ਖਾਸ ਗੱਲ ਨਹੀਂ ਹੈ। ਹੁਣ ਐਕਚੁਅਲ ਸਰਕਾਰ ਦਾ ਕਿੰਨਾ ਪੈਸਾ ਇੱਥੇ ਹੁਣ ਤੱਕ ਲੱਗ ਚੁੱਕਾ? ਐਕਚੁਅਲੀ ਸਰਕਾਰ ਦਾ ਇਸ ਛੱਪੜ 'ਤੇ ਜੇ ਆਪਾਂ ਦੇਖਿਆ ਜਾਵੇ ਤਾਂ 12 ਲੱਖ ਰੁਪਈਆ ਲੱਗ ਚੁੱਕਾ। ਸਰਕਾਰ ਦਾ ਕਿੰਨਾ? ਸਰਕਾਰ ਦਾ ਮੈਂ ਗੱਲ ਕਰਦੀ ਸਕੀਮ 'ਚ ਸਰਕਾਰ ਦਾ ਪੈਸਾ ਲੱਗਿਆ ਸਾਢੇ 6 ਲੱਖ ਰੁਪਈਆ ਨਰੇਗਾ ਦਾ, 5.5 ਲੱਖ ਰੁਪਈਆ ਜਿਹੜਾ ਹੈਗਾ ਆ ਉਹ ਗ੍ਰਾਂਟ ਦਾ, ਜਿਹੜਾ ਨਰੇਗਾ ਦਾ ਆ ਉਹ ਲੇਡੀਜ਼ ਦੇ ਮਤਲਬ ਖਾਤਿਆਂ 'ਚ ਪੈਣਾ। ਮੈਂ ਲੇਡੀਜ਼ ਨਹੀਂ, ਮਤਲਬ ਜਿਹੜੇ ਹੈਗੇ ਆ ਨਰੇਗਾ ਦੇ ਲੇਬਰ ਹੈਗੇ ਆ। ਔਰ ਸਾਰੇ NRI ਸੱਜਣ ਸਾਨੂੰ ਕਾਲ ਕਰਕੇ ਕਹਿ ਰਹੇ ਸੀਗੇ ਵੀ ਇਹ ਕਲੀਅਰ ਗੱਲ ਕਰਿਓ ਵੀ ਹੁਣ ਤੱਕ ਕਿੰਨੇ ਪੈਸੇ ਲੱਗੇ ਨੇ, ਇਹਦੇ ਵਿੱਚ ਸਰਕਾਰ ਦੇ ਕਿੰਨੇ ਲੱਗੇ ਅਤੇ NRI ਸੱਜਣਾਂ ਦੇ ਕਿੰਨੇ ਲੱਗੇ, ਪਿੰਡ ਵਾਸੀਆਂ ਦੇ ਕਿੰਨੇ ਲੱਗੇ? ਹੁਣ ਜੇ ਮਤਲਬ ਗ੍ਰਾਂਟ ਦੀ ਗੱਲ ਕਰੀਏ ਤਾਂ ਜਿਹੜਾ ਰੱਖ ਲਾ ਵੀ ਜਿਹਦੇ ਮੁਤਾਬਕ ਇੱਟਾਂ ਦੀ ਪੇਮੈਂਟ ਜਾਂ ਜਿਹੜੇ ਮਤਲਬ ਮਸ਼ੀਨਰੀ ਜਿਹਨਾਂ ਨੇ, ਕਿੰਨੇ ਲੱਖਾਂ 'ਚ ਪੈਸਾ ਸਰਕਾਰ ਦਾ ਲੱਗਾ ਔਰ ਕਿਸ ਸਕੀਮ 'ਚ? ਮੈਂ ਗੱਲ ਕਰਦਾ ਜੀ ਹੁਣ ਤੱਕ 5.5 ਲੱਖ ਰੁਪਈਆ ਜਿਹੜਾ ਗ੍ਰਾਂਟ ਦਾ ਲੱਗ ਗਿਆ, 5.5 ਲੱਖ ਰੁਪਈਆ ਗ੍ਰਾਂਟ ਦਾ ਲੱਗ। ਉਹ ਗ੍ਰਾਂਟ ਕਿਸ ਸਕੀਮ 'ਚ ਸੀਗੀ? ਉਹ ਛੱਪੜਾਂ ਦੀ ਸੀ। ਠੀਕ ਹੈ, ਛੱਪੜਾਂ ਵਾਸਤੇ। ਠੀਕ ਹੈ ਜੀ, ਅਤੇ NRI ਸੱਜਣਾਂ ਦਾ ਕਿੰਨਾ? NRI ਸੱਜਣਾਂ ਦਾ ਹੁਣ ਤੱਕ 8 ਲੱਖ ਦੇ ਕਰੀਬ ਲੱਗ ਚੁੱਕਾ। ਅਤੇ ਪਿੰਡ ਵਾਸੀਆਂ ਦਾ ਕਿੰਨਾ ਲੱਗਿਆ ਹੁਣ? ਪਿੰਡ ਵਾਸੀਆਂ ਦਾ ਜੀ ਇਸ ਤਰ੍ਹਾਂ ਕਰਕੇ ਵੀ ਪਿੰਡ ਵਾਸੀਆਂ ਤੋਂ ਹਾਲੇ ਕਲੈਕਸ਼ਨ ਅਸੀਂ ਬਹੁਤੀ ਨਹੀਂ ਕੀਤੀ ਕਿਉਂਕਿ ਲੋਕ ਤਾਂ ਮਤਲਬ ਜਿਹੜੇ ਕਰੋਨਾ ਦੇ ਮਾਰ ਹੇਠ ਸੀਗੇ, ਇਸ ਕਰਕੇ ਅਸੀਂ ਮੋਹਲਾ ਵੀ ਅਗਲੇ ਸਾਲ ਕਰਨਾ ਆ ਜਾਂ ਹੋਰ ਵੀ ਕੰਮ ਕਰਨੇ ਆ, ਉਹਦੀ ਜ਼ਰੂਰ ਕਲੈਕਸ਼ਨ ਕਰਾਂਗੇ। ਹੁਣ ਕਿੰਨਾ ਅਨਾਊਂਸ ਕਰਕੇ ਗਏ ਨੇ ਚੌਧਰੀ ਸਾਹਿਬ ਤੁਹਾਨੂੰ? ਹੁਣ ਮਤਲਬ ਜਿਹੜਾ ਆ ਉਹ ਵੈਸੇ ਤਾਂ ਜਿੱਦਾਂ ਰੱਖ ਲਾ ਵੀ ਉਹਨਾਂ ਦੱਸਿਆ RO ਸਿਸਟਮ ਵਾਸਤੇ, ਠੀਕ ਹੈ ਨਾ, ਹੋਰ ਆਪਣੇ ਦੂਜਾ ਗਲੀਆਂ ਦੇ ਇੰਟਰਲੋਕ ਵਾਸਤੇ ਅਤੇ ਜਿਹੜਾ ਹੈਗਾ ਛੱਪੜ ਵਾਸਤੇ, ਤਕਰੀਬਨ ਉਹ 60 ਲੱਖ ਰੁਪਏ ਦੀ ਅਨਾਊਂਸਮੈਂਟ ਕਰਕੇ ਗਏ।